ਆਉਣ ਵਾਲੇ ਦਿਨਾਂ 'ਚ ਸਾਡੇ ਵਲੰਟੀਅਰ ਜਿਹੜੇ ਆਪਦੇ ਪੱਲਿਓਂ ਤੇਲ ਪਵਾ ਕੇ ਸਾਡੇ ਰੋਡ ਸ਼ੋਆਂ 'ਚ ਮੋਟਰਸਾਈਕਲ ਲੈ ਕੇ ਆਉਂਦੇ ਰਹੇ ਆ, ਟਰੈਕਟਰ ਲੈ ਕੇ ਆਉਂਦੇ ਰਹੇ ਆ, ਕਾਰਾਂ ਲੈ ਕੇ ਆਉਂਦੇ ਰਹੇ ਆ, ਉਹਨਾਂ ਸਾਰਿਆਂ ਦੀ ਨਿਸ਼ਾਨਦੇਹੀ ਕੀਤੀ ਹੋਈ ਆ ਅਸੀਂ। ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਸੰਗਠਨ 'ਚ ਵੀ ਅਹੁਦੇ ਮਿਲਣਗੇ, ਸਰਕਾਰ 'ਚ ਵੀ ਵੱਡੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਆਮ ਲੋਕਾਂ ਦਿੱਤੀਆਂ ਪੁੱਤਾਂ ਨੂੰ। ਮੈਂ ਗੱਲ ਕਹਿੰਦਾ ਰਿਹਾ ਕਿ ਬਾਦਲਾਂ ਦੇ, ਕੈਪਟਨਾਂ ਦੇ, ਮਜੀਠੀਆਂ ਦੇ, ਮਲੂਕਿਆਂ ਦੇ, ਇਹਨਾਂ ਦੇ ਟੱਬਰਾਂ ਨੂੰ ਕਹਿ ਦਿਓ, ਇਹਨਾਂ ਦੇ ਜਵਾਕਾਂ ਨੂੰ ਕਹਿ ਦਿਓ ਕਿ ਆਪਣੇ ਬੋਰੀਏ ਬਿਸਤਰੇ ਗੋਲ ਕਰਕੇ, ਬੰਦ ਕਰਕੇ ਬੋਰੀਏ ਬਿਸਤਰੇ ਆਪਣੇ ਘਰਾਂ ਨੂੰ ਜਾਓ। ਆਮ ਘਰਾਂ ਦੇ ਧੀਆਂ ਪੁੱਤ ਆ ਰਹੇ ਨੇ ਤੇ ਆਮ ਘਰਾਂ ਦੇ ਧੀਆਂ ਪੁੱਤ ਆ ਰਹੇ ਨੇ, ਹਰ ਰੋਜ਼ ਆ ਰਹੇ ਨੇ। ਜਿੰਨੀਆਂ ਵੀ ਕੋਈ ਰਿਟਾਇਰਮੈਂਟ ਹੁੰਦੀ ਆ, ਕੋਈ ਕਮਿਸ਼ਨ ਦੇ ਮੈਂਬਰ ਬਣਾਉਣੇ ਆ, ਸਾਡੇ ਧੀਆਂ ਪੁੱਤ ਬਣਾਉਣੇ ਆ। ਕੀ ਗੱਲ ਬਈ, ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਦੀ ਕੁਰਸੀ 'ਤੇ ਬਹਿਣਾ ਨਹੀਂ ਆਉਂਦਾ? ਹਰ ਗੱਲ 'ਚ ਇਹਨਾਂ ਦੇ ਚਾਚੇ, ਭਤੀਜੇ, ਸਾਲੇ, ਜੀਜੇ ਇਹੀ ਨਹੀਂ ਮੁੱਕਦੇ ਯਾਰ। ਆਮ ਲੋਕ ਕਿਉਂ ਕਦੋਂ ਆਉਣਗੇ ਬਈ? ਮਿਹਨਤ ਉਹ ਵੀ ਕਰ ਰਹੇ ਨੇ। ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਵਾਰੀ ਆ ਰਹੀ ਹੈ।